ਵੀਰਵਾਰ ਦੇਰ ਸ਼ਾਮ ਗੁੱਜਰ ਭਾਈਚਾਰੇ ਦੀਆਂ ਝੁੱਗੀਆਂ ਵਿੱਚ ਅਚਾਨਕ ਅੱਗ ਲੱਗਣ ਕਾਰਨ 3 ਝੁੱਗੀਆਂ ਸੜ ਕੇ ਸਵਾਹ ਹੋ ਗਈਆਂ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਢਿਲਵਾਂ ਦੇ SHO ਹਰਜਿੰਦਰ ਸਿੰਘ ਅਤੇ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਵੱਲੋਂ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਰਫੀਕ ਮੁਹੰਮਦ ਨੇ ਦੱਸਿਆ ਕਿ ਅੱਗ ਲੱਗਣ ਨਾਲ ਸਾਰਾ ਘਰੇਲੂ ਸਮਾਨ ਸੜ ਕੇ ਸਵਾਹ ਹੋ ਗਿਆ ਹੈ। ਉਹਨਾਂ ਦੱਸਿਆ ਕਿ ਇਸ ਦੌਰਾਨ 2 ਗਾਵਾਂ ਵੀ ਸੜ ਗਈਆਂ ਹਨ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਕੀ ਨਾਮ ਜੀ? ਮੁਹੰਮਦ ਰਫੀਕ। ਰਫੀਕ, ਕੀ ਮਾਮਲਾ ਹੈਗਾ ਜਿਹੜਾ ਇੱਥੇ ਹੋਇਆ? ਭਾਜੀ, ਅਸੀਂ ਕੰਮ ਕਰਦੇ ਗਏ ਸੀ, ਇੱਦਾਂ ਸਾਨੂੰ ਫੋਨ ਕੀਤਾ ਅੱਗ ਲੱਗ ਗਈ ਹੈ ਅਤੇ ਸਾਡੇ ਆਉਣ ਤੋਂ ਪਹਿਲਾਂ ਜੋ ਕੋਈ ਸੀਗਾ ਅੰਦਰ ਸੜ ਕੇ ਸਵਾਹ ਹੋ ਗਿਆ ਅਤੇ ਬਾਕੀ ਇੱਥੇ ਕੋਈ ਆਗੂ ਕਿਸੇ ਨੇ ਭਜਾਈ ਨਾ, ਕੋਈ ਅਨੇਕੇ ਅਨੇਕੇ ਬੱਚੇ ਸੀਗੇ ਘਰ ਅਤੇ ਬਾਕੀ ਜਨਾਨੀਆਂ ਸੀ ਘਰ, ਜਨਾਨੀਆਂ ਕੋਲ ਨਿਕਲੇ ਨੇ ਆਗੂ ਹਵਾ ਨਾਲ ਜਲਦੀ ਫੈਲ ਗਈ ਅੱਗ ਅਤੇ 3 ਘਰ ਸੀ, 3 ਸੜ ਕੇ ਸਵਾਹ ਹੋ ਗਏ। 3 ਘਰ ਸੀਗੇ? ਹਾਂਜੀ, 3 ਘਰ। ਕਿੰਨੇ ਜੀਰੇ ਨੇ ਇੱਥੇ? ਇੱਥੇ ਜੀ 5 ਮੇਰੇ ਬੱਚੇ ਆ, ਜਿਹੜਾ ਮੇਰਾ ਪਰਿਵਾਰ 5 ਮੇਰੇ ਬੱਚੇ, ਇੱਕ ਮੈਂ ਘਰ ਦੀ ਅਤੇ ਹੋਰ ਇੱਕ ਭਰਾ ਸੀ, ਭਰਾ ਦੀ ਘਰ ਦੀ ਸੀਗੀ ਅਤੇ ਬਾਕੀ ਮੈਂ ਆਹ ਦੂਜਾ ਮੰਮੀ ਡੈਡੀ। ਕਿੱਦਾਂ ਲੱਗੀ ਅੱਗ? ਇਹ ਭਾਅ ਜੀ ਪਤਾ ਕੁਛ ਨਹੀਂ ਲੱਗਿਆ ਕਿੱਦਾਂ ਲੱਗੀ, ਅਚਾਨਕ ਲੱਗੀ ਅੱਗ। ਅਸੀਂ ਸਾਰੇ ਕੰਮ ਦੇ ਸੀ, ਅਸੀਂ ਤਾਂ ਕੰਮ ਕਰਦੇ ਗਏ ਸੀ, ਅਜੇ ਇੱਕ ਮੁੰਡਾ ਕੰਮ ਤੋਂ ਆਇਆ ਨਹੀਂ ਗਾ, ਉਹਨੂੰ ਅਜੇ ਪਤਾ ਨਹੀਂ ਵਿਚਾਰੇ ਨੂੰ ਉੱਥੇ ਆ ਕੇ ਲੱਗ ਗਈ ਆ ਅਤੇ ਮੈਂ ਸੀ, ਮੈਨੂੰ ਫੋਨ ਕੀਤਾ, ਮੈਂ ਆਇਆ ਅਤੇ ਅੱਗੇ ਸਰ ਕੀ ਸਮਾਨ ਹੈਗਾ ਜਿਹੜਾ ਨੁਕਸਾਨ ਹੋਇਆ? ਭਾਅ ਨਿਕਲਿਆ ਕੁਛ ਨਹੀਂ, ਅੰਦਰੋਂ ਨਿਕਲਿਆ ਕੁਛ ਨਹੀਂ, ਨਿਆਣੇ ਬਚਾਏ ਬਸ, ਘਰ ਨਿਆਣੇ ਉਹਨੇ ਬਚਾਏ ਬਸ, ਅਤੇ ਬਾਕੀ ਜੋ ਅੰਦਰ ਸੀਗਾ, ਜੋ ਅਲਮਾਰੀਆਂ ਅਲਮੂਰੀਆਂ ਸੀ, ਮੰਜੇ ਮੁੰਜੇ ਸਾਰੇ ਤੁਸੀਂ ਦੇਖਿਆ, ਵੀਡੀਓ ਦੇਖੀ ਹੈ ਅਤੇ ਭਾਂਡੇ ਭੂੰਡੇ ਸਭ ਸੜ ਕੇ ਸਵਾਹ ਹੋ ਗਿਆ ਜੀ। ਅਤੇ ਸਾਨੂੰ ਇੱਕ ਸੂਚਨਾ ਮਿਲੀ ਸੀਗੀ ਬਈ ਆਪਣੇ ਹਾਈਵੇ ਦੇ ਲਾਗੇ ਹੈਗਾ, ਬਿਆਸ ਪੁਲ ਦੇ ਲਾਗੇ ਜਿਹੜਾ ਟਲਮਾ ਸਾਈਡ ਨੂੰ, ਉੱਥੇ ਗੁਜਰਾਂ ਦੀਆਂ ਝੁੱਗੀਆਂ ਹੈਗੀਆਂ ਅਤੇ ਉੱਥੇ ਉਹਨਾਂ 'ਤੇ ਅੱਗ ਲੱਗੀ ਆ। ਇੱਥੇ ਮੌਕੇ 'ਤੇ ਆ ਕੇ ਦੇਖਿਆ ਹੈਗਾ, ਇਹ 2 ਬ੍ਰਦਰ ਸੀਗੇ, ਇੱਕ ਰਫੀਕ ਸੀਗਾ, ਇੱਕ ਸਦੀਕ ਸੀਗਾ, 2 ਇਹਨਾਂ ਦੀਆਂ ਛੰਨਾਂ ਜਿਨ੍ਹਾਂ ਦੇ ਵਿੱਚ ਇਹ ਰਹਿੰਦੇ ਸੀ, ਇੱਕ ਇਹਨਾਂ ਦੀਆਂ ਮੱਝਾਂ ਦੀ ਛੰਨ ਸੀਗੀ, ਮੱਝਾਂ ਦੀ ਛੰਨ 'ਤੇ ਖਾਲੀ ਸੀਗੀ ਅਤੇ ਆਪ ਇਹ ਬਾਹਰ ਕੰਮ 'ਤੇ ਗਏ ਹੋਏ ਸੀਗੇ ਅਤੇ ਬੱਚੇ ਸੀਗੇ ਘਰ ਅਤੇ ਇੱਕ ਦੀ ਲੇਡੀ ਸੀਗੀ, ਲੇਕਿਨ ਅੰਦਰ ਹੀ ਕੋਈ ਇਹਨਾਂ ਦੇ ਇਸ ਤਰੀਕੇ ਨਾਲ ਅੱਗ ਲੱਗ ਗਈ ਆ, ਕੋਈ ਇਹੋ ਜਿਹਾ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹਜੇ, ਉਹਦੀ ਤਹਿਕੀਕਾਤ ਕਰ ਰਹੇ ਹਾਂ। ਅਤੇ ਬਾਕੀ ਇਹਨਾਂ ਦਾ ਸਮਾਨ ਜਿਹੜਾ ਹੈਗਾ ਜੋ ਦੱਸਿਆ ਇਹਨਾਂ ਨੇ, ਉਹ ਕਹਿੰਦੇ ਸਾਡੇ ਕੱਪੜੇ ਆ ਅਤੇ ਕੋਈ ਖਾਣ ਪੀਣ ਦਾ ਸਮਾਨ ਸੀ, ਜਿਹੜੇ ਉਹਨਾਂ ਦੇ ਘਰ ਦਾ ਘਰੇਲੂ ਵਸਤਾਂ ਹੁੰਦੀਆਂ ਉਹ ਸਾਰੀਆਂ ਬੱਚੀ ਸੀ। ਸਰ 2 ਜਿਹੜੀਆਂ ਹੈਗੀਆਂ ਗਾਵਾਂ ਉਹ ਵੀ ਨਹੀਂ ਠੀਕ ਆ, ਬਟ ਇੰਨਾ ਨਹੀਂ ਹੈਗਾ ਵੀ ਜਿੰਨਾ ਆਪਾਂ ਕਹੀਏ, ਉਹਨਾਂ ਨੂੰ ਇਹ ਗੱਲ ਹੈਗੀ ਆ ਵੀ ਉਹਨਾਂ ਨੂੰ ਸੇਕ ਜਦੋਂ ਅੱਗ ਬਲਦੀ ਹੈ ਤਾਂ ਉਹਨਾਂ ਨੂੰ ਸੇਕ ਜ਼ਰੂਰ ਲੱਗ ਗਿਆ, ਬਾਕੀ ਠੀਕ ਹੈ, ਬਚਾ ਬਚਾ ਸਾਰਾ, ਜਾਨੀ ਮਾਲੀ ਸਾਰਾ ਬਚਾ ਹੈ।